ਭਾਦਰੋਂ ਦੇ ਮਹੀਨੇ ਦੁਆਰਾ ਗੁਰੂ ਸਾਹਿਬ ਜੋ ਉੱਤਰ ਦਿੰਦੇ ਸੂਖ ਰੂਪ ਵਿੱਚ ਸੁਣੋ। ਭਾਦੂਏ ਭਰਮ ਭੁਲਾਣੀਆ, ਸਤਿਗੁਰੂ ਜੀ ਕਹਿੰਦੇ ਨੇ ਭਾਦੋਏ ਭਰਮ ਭੁਲਾਣੀਆਂ, ਭਾਦੂਏ ਪਾਠ ਨੀ ਦਦੇ ਨੂੰ ਦੁਲੈਂਕੜੇ ਹੋਣ ਤੇ ਦੂਏ ਬਣਦਾ ਔਂਕੜ ਹੈ। ਇੱਕ ਇੱਕ ਸਿਆਰੀ ਬਿਹਾਰੀ ਨਾਲ ਬਹੁਤ ਫਰਕ ਪੈਂਦਾ ਹੈ। ਇਹ ਟਕਸਾਲ ਤਾਂ ਚੱਲੀ ਇੱਥੋਂ ਹੈ ਦਮਦਮੇ ਵਾਲੀ, ਜਿਹਨੂੰ ਹੁਣ ਭਿੰਡਰਾਂ ਵਾਲੀ ਕਹਿ ਕੇ ਯਾਦ ਕੀਤਾ ਜਾਂਦਾ ਹੈ। ਸਤਿਗੁਰੂ ਜੀ ਬਿਰਾਜੇ ਹੋਏ ਸੀ ਉਸ ਵੇਲੇ, ਸਿੱਖ ਨੇ ਪੰਕਤੀ ਪੜ੍ਹ ਦਿੱਤੀ ਸੀ, ਕਰਤੇ ਕੀ ਮਿਤ ਕਰਤਾ ਜਾਣਾ ਕਹਿ ਜਾਣਾ ਗੁਰਸੂਰਾ। ਸ਼ੁੱਧ ਪਾਠ ਇਹ ਦੱਖਣੀ ਓਂਕਾਰ ਵਿੱਚ ਆਉਂਦਾ ਹੈ, ਜੋ ਨਰਮਦਾ ਨਦੀ ਦੇ ਕੰਢੇ ਤੇ ਮਾਂਡਲੇ ਦੇ ਸ਼ਹਿਰ ਵਿੱਚ ਸਤਿਗੁਰੂ ਜੀ ਪਹੁੰਚੇ ਹੈ, ਜਿੱਥੋਂ ਦੇ ਭਾਈ ਗੁਰਦਿਆਲ ਸਿੰਘ ਜੀ ਅੱਜ ਆਪਣੇ ਵਿੱਚ ਬਿਰਾਜਮਾਨ ਵੀ ਹਨ, ਸੰਗਤ ਵਿੱਚ ਬੈਠੇ ਹੈ, ਜਿਨ੍ਹਾਂ ਨੇ ਭਾਈ ਸੁੱਚਾ ਸਿੰਘ ਜੀ ਦੁਰਗ ਵਾਲਿਆਂ ਦਾ ਸਾਰਾ ਕੇਸ ਆਪਣੀ ਜ਼ਿੰਮੇਵਾਰੀ 'ਤੇ ਲੜ ਕੇ ਅਤੇ ਜਿੱਤ ਪ੍ਰਾਪਤ ਕੀਤੀ ਹੈ। ਇਹ ਗੁਰਮੁਖ ਪਿਆਰੇ ਵੀ ਉਸ ਸ਼ਹਿਰ ਮਾਂਡਲੇ ਵਿੱਚ ਰਹਿ ਰਹੇ ਹੈ। ਦੁਪਹਿਰ ਦੇ ਟਾਈਮ ਵਿੱਚ ਉਹ ਵੀ ਸੰਗਤ ਦੇ ਦਰਸ਼ਨ ਕਰਨਗੇ, ਸੰਗਤ ਉਹਨਾਂ ਦੇ ਕਰੇਗੀ। ਉੱਥੇ ਸਤਿਗੁਰੂ ਜੀ ਪਹੁੰਚੇ ਹੋਏ ਸੀ, ਉੱਥੇ ਸੱਚੇ ਪਾਤਸ਼ਾਹ ਜੀ ਨੇ, ਜੋ ਗੁਰੂ ਨਾਨਕ ਦੇਵ ਜੀ ਭੂਆ ਦੇ ਪੁੱਤਰ ਗੁਰਮੁਖ ਪਿਆਰੇ ਸਨ, ਉਹਨਾਂ ਦੇ ਬਾਬਾ ਰਾਮ ਥੰਮਣ ਜੀ, ਉਹ ਉਸ ਇਲਾਕੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਹੈ ਉੱਥੇ। ਸੋ ਸਤਿਗੁਰੂ ਜੀ ਨੇ ਉਹਨਾਂ ਦੇ ਪ੍ਰਥਾਏ ਵਡਹੰਸ ਰਾਗ ਦਾ ਦੂਜਾ ਸ਼ਬਦ ਆ ਮੋਰੀ ਰੁਣ ਚੁਣ ਲਾਇਆ, ਭੈਣੇ ਸਾਵਣ ਆਇਆ ਤੇਰੇ ਮੁੰਦ ਕਤਾਰੇ ਜੇਬੜਾ ਤੇ ਲੋਭੀ ਲੋਭ ਲਭਾਇਆ, ਉਹਨਾਂ ਦੇ ਪ੍ਰਥਾਏ ਇਹ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਉੱਥੇ ਉਚਾਰਿਆ ਸੀ, ਬਖਸ਼ਿਸ਼ ਕੀਤੀ ਸੀ ਅਤੇ ਦੱਖਣੀ ਓਂਕਾਰ ਦੀ ਬਾਣੀ ਵੀ ਉਹਨਾਂ ਦੇ ਮਿਲਾਪ ਵਿੱਚ ਹੋਰ ਵੀ ਪਿਆਰੇ ਮਿਲੇ ਹੈ। ਇਸ ਪਾਸੇ ਨਾ ਪਾਉਣਾ, ਟਾਈਮ ਹੋ ਗਿਆ, ਥੋੜ੍ਹਾ ਟਾਈਮ ਬਾਕੀ ਰਹਿੰਦਾ ਹੈ, ਸ਼ਬਦ ਦੀ ਕਥਾ ਵੀ ਪੂਰੀ ਕਰਨੀ ਹੈ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ, ਉਸ ਬਾਣੀ ਦਾ ਜਾਪ ਅਨੰਦਪੁਰ ਦੀ ਥੇੜੀ 'ਤੇ ਸਿੱਖ ਸਿੰਘ ਪੜ੍ਹ ਰਿਹਾ ਸੀ। ਸੋ ਇਸ ਪੰਕਤੀ ਨੂੰ ਪੜ੍ਹਦਿਆਂ ਪੜ੍ਹਦਿਆਂ ਉਹਨੇ ਇਹ ਉਚਾਰਨ ਵਿੱਚ ਕਹਿ ਦਿੱਤਾ, ਕਰਤੇ ਕੀ ਮਿਤ ਕਰਤਾ ਜਾਣਾ ਕੇ ਜਾਣਾ, ਕੈ ਦੇ ਥਾਂ ਕੇ ਅੱਖਰ ਵਰਤਿਆ, ਦਲਾਵਾਂ ਦੇ ਥਾਂ ਲਾ ਦਿੱਤੀ। ਸਤਿਗੁਰੂ ਨੇ ਉਸ ਵੇਲੇ ਆਵਾਜ਼ ਦਿੱਤੀ, ਸਿੰਘ ਮਸਤੀ ਜਾਪ ਕਰ ਰਿਹਾ ਸੀ ਸੁਣੀ ਨਾ, ਸਤਿਗੁਰੂ ਨੇ ਚਪੇੜਾਂ ਮਰਵਾਈਆਂ। ਸਿੱਖ ਨੇ ਬੇਨਤੀ ਕੀਤੀ ਕਿ ਆਪ ਜੀ ਦਾ ਹੁਕਮ ਹੈ, ਨਾਮ ਸੁਣਿਆ ਜਾਂ ਦੂਰੋਂ ਭਾਗਾ, ਮੱਤ ਮਾਰੇ ਹਰ ਜੀ ਉਹ ਬੇਪਰਵਾਹ ਆਏ, ਇੱਥੇ ਕੁੱਟ ਪੈਂਦੀ ਹੈ, ਆਪ ਜੀ ਦਾ ਹੁਕਮ ਜਮਦੂਤ ਦੂਰ ਹੋਵੇਗਾ। ਮਹਾਰਾਜ ਨੇ ਅੰਗ ਆਪਣਾ ਕੀਤਾ ਕਿ ਸਿੰਘਾ ਤੈਨੂੰ ਚਪੇੜ ਵੱਜੀ ਦੀ ਪੀੜ ਹੈ ਕਿ ਸਾਡੇ ਅੰਗ ਕੱਟੇ ਦੀ ਤੈਨੂੰ ਕੋਈ ਪੀੜ ਨਹੀਂ। ਉਸ ਵੇਲੇ ਸਿੱਖ ਚਰਨੀ ਪਿਆ, ਭਾਈ ਦਇਆ ਸਿੰਘ ਜੀ ਕੋਲ ਖੜੇ ਸੀ ਪੈਰੇ 'ਤੇ, ਮਹਾਂਬਲੀ ਸੂਰਮੇ ਸ੍ਰੀ ਸਾਹਿਬ 3.5 ਫੁੱਟੀ ਗਾਤਰੇ ਹੈ, ਹੁਣ ਤਾਂ ਕਹਿੰਦੇ ਕੰਘੇ ਵਾਲੀ ਨਾਲ ਹੀ ਸਾਰ ਲੈਂਦੇ ਹੈ, ਪਰ ਦੇਗ ਦੇ 'ਚ ਭੇਟਾ ਕਰਨੀ ਆ ਪ੍ਰਸ਼ਾਦ ਵਿੱਚ, ਕਿਤੇ ਕੰਘੇ ਵਾਲੇ ਨੂੰ ਕਹਿ ਕੇ ਵੇਖਿਓ, ਰੱਬ ਨਾ ਕਰੇ ਕਿਤੇ ਕੰਘੇ ਵਾਲੀ ਕਿਰਪਾ ਨੂੰ ਹੱਥ 'ਚ ਛੁੱਟ ਜਾਵੇ ਅਤੇ ਪ੍ਰਸ਼ਾਦ 'ਚ ਹੀ ਘੁਲ ਮਿਲ ਜਾਵੇਗੀ, ਖਾ ਕੇ ਭਾਵੇਂ ਲੱਭੇ ਛੱਕ ਕੇ ਉਸ ਤਰ੍ਹਾਂ ਤਾਂ ਲੱਭਣੀ ਨਹੀਂ, ਘੱਟ ਤੋਂ ਘੱਟ 9 ਇੰਚ ਪਹਿਨਣੀ ਚਾਹੀਦੀ ਹੈ, ਵੱਡੀ ਭਾਵੇਂ ਜਿੰਨੀ ਮਰਜ਼ੀ ਪਹਿਨੋ। ਸੋ ਭਾਈ ਦਇਆ ਸਿੰਘ ਜੀ ਸ਼ਸਤਰ ਧਾਰੀ ਪਹਿਰੇ 'ਤੇ ਖੜ੍ਹੇ ਹੈ, ਹੱਥ ਜੋੜ ਕੇ ਬੇਨਤੀ ਕੀਤੀ, ਗੁਰੂ ਜੀ ਅਰਥਾਂ ਤੋਂ ਬਿਨਾਂ ਗੁਰਬਾਣੀ ਸ਼ੁੱਧ ਨਹੀਂ ਪੜ੍ਹੀ ਜਾ ਸਕਦੀ, ਕਿਰਪਾ ਕਰਕੇ ਅਰਥ ਪੜ੍ਹਾਵੋ। ਹੱਥ ਜੋੜ ਕੇ ਭਾਈ ਦਇਆ ਸਿੰਘ ਨੇ ਜਿਸ ਵੇਲੇ ਕਿਹਾ, ਕਲਗੀ ਤਰਜ ਨੇ ਉੱਤਰ ਦਿੱਤਾ, ਸਿੰਘਾ ਹੁਣ ਜੰਗਾਂ ਯੁੱਧਾਂ ਦਾ ਟਾਈਮ ਹੈ, ਅਸੀਂ ਤੁਹਾਡੇ ਨਾਲ ਵਚਨਬੰਧ ਹਾਂ, ਕਹੇ ਅਸੀਂ ਵੀ ਦਿੰਦੇ ਅੱਜ ਕੱਲ੍ਹ, ਅਸੀਂ ਵਚਨਬੰਧ ਹੈ, ਅਸੀਂ ਫਲਾਨਾ ਕੁਝ ਹਾਂ, ਪਰ ਪਤਾ ਨਹੀਂ ਕਦੋਂ ਜੂਸ ਮੂੰਹ ਵਿੱਚ ਦੀ ਲੰਘ ਜਾਣਾ, ਐਰ ਕਿਤੇ ਸ਼ਾਇਦ ਨਾ ਲੰਘੇ, ਕੰਮ ਕਰੜਾ ਜਿਹਾ, ਪਿੱਛੇ ਤਾਂ ਲੰਘਦਾ ਰਿਹਾ ਪਰਨ ਕਰਕੇ ਫਿਰ ਵੀ ਵਿਗਾੜ ਪੈਂਦਾ ਰਿਹਾ। ਉਸ ਵੇਲੇ ਗੁਰੂ ਸਾਹਿਬ ਨੇ ਕਿਹਾ, ਭਾਈ ਦਇਆ ਸਿੰਘ ਅਸੀਂ ਤੁਹਾਡੇ ਨਾਲ ਵਚਨਬੰਧ ਹਾਂ, ਸਮਾਂ ਆਵੇਗਾ ਜੰਗ ਤੋਂ ਵਿਹਲੇ ਹੋ ਕੇ ਤੁਹਾਨੂੰ ਗੁਰੂ ਕੀ ਬਾਣੀ ਦੇ ਅਰਥ ਸਿਖਾਵਾਂਗੇ। ਸੋ ਸਤਿਗੁਰੂ ਜੀ ਨੇ ਦਮਦਮਾ ਸਾਹਿਬ ਪਹੁੰਚ ਕੇ ਧੀਰ ਮਲ ਦੀ ਕੁੱਟਣ ਨੀਤੀ ਨੂੰ ਪ੍ਰਗਟ ਕਰਨ ਵਾਸਤੇ ਜਦੋਂ ਸਰੂਪ ਨਹੀਂ ਸੀ ਦਿੱਤਾ, 25 ਸਿੰਘ ਕਰਤਾਰਪੁਰ ਤੋਂ ਲੈਣ ਆਏ ਸੀ ਦਇਆ ਸਿੰਘ ਦੇ ਸਮੇਤ, ਵਾਪਸ ਮੋੜ ਦਿੱਤੇ, ਤਾਨਾ ਮਾਰਿਆ ਸੀ, ਜੇ ਗੁਰੂ ਨਾਨਕ ਦੇਵ ਜੀ ਦਾ ਰੂਪ ਆ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਕੰਠੋਂ ਕਿਉਂ ਨਹੀਂ ਉਚਾਰਨ ਕਰ ਲੈਂਦੇ, ਧੰਨ ਮੇਰੇ ਚੋਜੀ ਪ੍ਰੀਤਮ ਸੱਚੇ ਪਾਤਸ਼ਾਹ ਜੀ ਨੇ, ਜੋ ਤੋਹਾ ਜੁਗਤ ਸਾਹਿ ਸਹਿਕਾਇਆ, ਫਿਰ ਪਲਟ ਗਏ ਨੂੰ ਦੁਨੀਆਂ ਦੇ ਵਿੱਚ ਹੋਰ ਪ੍ਰਭਾਵ ਪੂਰਕ ਕਰਨ ਵਾਸਤੇ ਸੱਚੇ ਪਾਤਸ਼ਾਹ ਨੇ ਵੀਰ ਆਸਣ ਲਾਇਆ। ਭਾਈ ਮਨੀ ਸਿੰਘ ਬੰਦ ਬੰਦ ਕਟਵਾਉਣ ਵਾਲੇ ਮਹਾਂਬਲੀ ਜੋਧੇ ਟਕਸਾਲ ਦੇ ਮੁਖੀ ਨੂੰ ਸੇਵਾ ਸੌਂਪੀ, ਭਾਵੇਂ ਸੇਵਾ ਦੇ ਟਾਈਮ 'ਤੇ
ਬੇਨਤੀ ਕੀਤੀ ਗਈ, ਪਿਤਾ ਜੀ ਇੰਨੀ ਛੇਤੀ ਕੱਲ ਮੈਂ ਕਿਵੇਂ ਚਲਾਵਾਂਗਾ। ਉਸ ਵੇਲੇ ਹੁਕਮ ਹੋਇਆ ਹੈ ਕਿ ਤੁਹਾਨੂੰ ਤੇ ਮਾਣ ਮਿਲਣਾ, ਕੱਲ ਮੈਂ ਆਪਣੇ ਆਪ ਅਕਾਲ ਪੁਰਖ ਦੀ ਕਿਰਪਾ ਨਾਲ ਚੱਲੇਗੀ। ਉਸ ਵੇਲੇ ਭਾਈ ਮਨੀ ਸਿੰਘ ਜੀ ਇਕਾਗਰ ਮਨ ਹੋ ਕੇ ਬੈਠ ਗਏ। ਗੁਰੂ ਸਾਹਿਬ ਵੀਰ ਆਸਣ ਹੋ ਕੇ, ਚੌਂਕੜਾ ਮਾਰ ਕੇ ਨਹੀਂ, ਚੋਜੀ ਪ੍ਰੀਤ ਨੇ ਵੀਰ ਆਸਣ ਹੋ ਕੇ ਬਾਣੀ ਉਚਾਰੀ ਹੈ, ਵੀਰ ਆਸਣ ਹੋ ਕੇ ਖੰਡੇ ਬਾਟ ਦਾ ਅਮਰ ਤਿਆਰ ਕੀਤਾ, ਵੀਰ ਆਸਣ ਹੋ ਕੇ ਬਾਣੀ ਇੱਕ ਓਂਕਾਰ ਤੋਂ ਲੈ ਕੇ 18-10-20 ਤੱਕ ਇੱਕ ਇੱਕ ਅੱਖਰ ਸਿਹਾਰੀ ਬਿਹਾਰੀ ਔਂਕੜ ਦੁਲੈਂਕੜੇ ਬਿੰਦੀ ਆਰਕ ਉਚਾਰਨ ਕੀਤਾ ਹੈ। ਇੱਕ ਵੀ ਲਗ ਮਾਤਰ ਦਾ ਫਰਕ ਨਹੀਂ ਪੈਣ ਦਿੱਤਾ। 9 ਮਹੀਨੇ 9 ਦਿਨ 9 ਘੜੀਆਂ ਅਤੇ 9 ਪਲਾਂ ਵਿੱਚ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਵੇਲੇ ਤੋਂ ਲੈ ਕੇ 12 ਵਜੇ ਤੱਕ ਬਾਣੀ ਉਚਾਰਨ ਕੀਤੀ ਅਤੇ 12 ਵਜੇ ਤੋਂ ਲੈ ਕੇ ਸ਼ਾਮ ਦੇ ਟਾਈਮ ਤੱਕ ਰਾਸਤਾ ਤੋਂ ਪਹਿਲਾਂ ਦੇ ਸਮੇਂ ਤੱਕ ਆਪ ਸਤਿਗੁਰੂ ਅਰਥ ਕਰਿਆ ਕਰਦੇ, ਭਾਈ ਮਨੀ ਸਿੰਘ ਜੀ ਪਾਠ ਕਰਿਆ ਕਰਦੇ ਅਤੇ ਬਾਕੀ ਦੇ ਸਿੰਘ ਬੈਠ ਕੇ ਬਾਣੀ ਸੁਣਿਆ ਕਰਦੇ। ਉਹ ਤਾਂ ਹੁਣ ਗੁਰੂ ਜਾਣਦਾ ਅਤੇ ਜਾਂ ਸਿੰਘ ਜਾਣਦੇ ਹੈ, ਜਦੋਂ ਸਤਿਗੁਰੂ ਜੀ ਆਪ ਅਰਥ ਕਰਦੇ ਹੋਣਗੇ ਅਤੇ ਬ੍ਰਹਮ ਗਿਆਨੀ ਪਾਠ ਕਰਦਾ ਹੋਵੇਗਾ ਅਤੇ ਬ੍ਰਹਮ ਗਿਆਨੀ ਬਾਬਾ ਦੀਪ ਸਿੰਘ ਜੀ ਵਰਗੇ ਜੋਰੇ ਸੁਣਦੇ ਹੋਣਗੇ, ਉਹਦੇ ਬਾਰੇ ਤਾਂ ਇਹਨਾਂ ਹੀ ਕਹਿਣਾ ਬਣਦਾ, ਕਹਿ ਤੇ ਕੋ ਸੋਭਾ ਨਹੀਂ, ਦੇਖਾ ਹੀ ਪ੍ਰਵਾਨ ਢੁਕਦਾ ਹੋਵੇਗਾ। ਬਾਕੀ ਕੀ ਕਹਿ ਕੇ ਦੱਸੇਗਾ, ਕਹੋ ਕਬੀਰ ਗੂੰਗਾ ਗੁੜ ਖਾਇਆ ਪੂਛੇ ਤੇ ਕਿਆ ਕਹੀਐ, ਕੱਛਾ ਮਾਰ ਕੇ ਖੁਸ਼ੀ ਦਾ ਪ੍ਰਗਟਾਵਾ ਕਰ ਤੋਂ ਅਰ ਭਾਵੀ ਹੋ ਸਕਦਾ ਕਿ ਇਹਨੂੰ ਕੁਝ ਆਨੰਦ ਆਇਆ, ਦੱਸਿਆ ਨਹੀਂ ਜਾ ਸਕਦਾ ਗੁਰਬਾਣੀ ਦਾ ਆਨੰਦ ਐਸਾ ਹੈ। ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁੱਧ, ਐਸਾ ਰਸ ਹੈ ਗੁਰਬਾਣੀ ਦਾ ਖਾਲਸਾ ਜੀ। ਸੋ ਸਤਿਗੁਰੂ ਜੀ ਨੇ ਸਾਰੀ ਬਾਣੀ ਉਚਾਰਨ ਕੀਤੀ, 48 ਸਿੰਘਾਂ ਨੇ ਅਰਥ ਪੜ੍ਹੇ, 46 ਬਦੇ ਮੁਕਤ ਹੋਏ। ਬਾਬਾ ਮਨੀ ਸਿੰਘ ਅਤੇ ਬਾਬਾ ਦੀਪ ਸਿੰਘ ਸਾਹਿਬ ਤੋਂ ਅੱਗੇ ਸੇਵਾ ਲਈ ਕਈਆਂ ਕਵੀਆਂ ਦਾ, ਕਈਆਂ ਗ੍ਰੰਥਾਂ ਦਾ ਇੱਥੇ ਖਿਆਲ ਹੈ, ਪਰ ਟਕਸਾਲ ਦਾ ਖਿਆਲ ਨਹੀਂ। ਕਈਆਂ ਦਾ ਖਿਆਲ ਹੈ ਕਿ ਬਾਬਾ ਮਨੀ ਸਿੰਘ ਨੇ ਗੁਟਕੇ ਅਤੇ ਪੋਥੀਆਂ ਬਣਾ ਦਿੱਤੀਆਂ, ਗੁਰੂ ਸਾਹਿਬ ਨੇ ਸ਼ਰਾਪ ਦੇ ਦਿੱਤਾ ਕਿ ਤੁਹਾਡਾ ਬੰਦ ਕੱਟਿਆ ਜਾਏਗਾ। ਬਾਬਾ ਦੀਪ ਸਿੰਘ ਜੀ ਨੇ ਵੱਖਰੀ ਲਿਖਤ ਲਿਖ ਦਿੱਤੀ, ਉਹਨਾਂ ਨੂੰ ਸ਼ਰਾਪ ਹੋਇਆ ਤੁਹਾਡਾ ਸਿਰ ਕੱਟਿਆ ਜਾਏਗਾ। ਇਹ ਸਰਾਸਰ ਗਲਤ ਹੈ, ਗੁਰਮਤ ਮੁਤਾਬਕ ਨਹੀਂ। ਖਾਲਸਾ ਜੀ, ਇਹਨੂੰ ਸ਼ਰਾਪ ਕਹੋਗੇ ਕਿ ਵਰ ਕਹੋਗੇ? ਗੁਰੂ ਸਾਹਿਬ ਨੇ ਵਰ ਦਿੱਤਾ ਕਿ ਮਨੀ ਸਿੰਘ ਜੀ ਤੁਹਾਡਾ ਭਾਵੇਂ ਬੰਦ ਕੱਟਿਆ ਜਾਏ, ਤੁਹਾਡੇ ਆਨੰਦ ਵਿੱਚ ਫਰਕ ਨਹੀਂ ਪਵੇਗਾ। ਇਹ ਫਰਕ ਨਹੀਂ ਪਵੇਗਾ, ਸ਼ਰਾਪ ਹੈ ਕਿ ਵਰ ਹੈ? ਬਾਬਾ ਦੀਪ ਸਿੰਘ ਜੀ ਨੂੰ ਵਰ ਦਿੱਤਾ, ਸੇਵਾ ਕਰੋ, ਟਕਸਾਲ ਦੇ ਅਰਥ ਪੜ੍ਹਾਓ, ਸਮਾਂ ਆਵੇਗਾ ਧਰਮ ਦੀ ਰਾਖੀ ਵਾਸਤੇ ਜੂਝੋਗੇ, ਤੁਹਾਡਾ ਭਾਵੇਂ ਸੀਸ ਧਰ ਤੋਂ ਜੁਦਾ ਹੋ ਜਾਵੇ, ਵੱਖਰਾ ਹੋ ਜਾਵੇ, ਤੁਹਾਡੇ ਇਸ ਬ੍ਰਹਮ ਗਿਆਨ ਦੇ ਆਨੰਦ ਵਿੱਚ ਫਰਕ ਅੰਤਰ ਨਹੀਂ ਪਵੇਗਾ। ਕਿ ਇਹ ਵਰ ਹੈ ਕਿ ਸ਼ਰਾਪ ਹੈ? ਵਰ ਦਿੱਤਾ ਗੁਰੂ ਜੀ ਨੇ। ਸੋ ਖਾਲਸਾ ਜੀ ਉੱਥੇ ਕਿਰਪਾਲਤਾ ਕੀਤੀ, ਇਹ ਟਕਸਾਲ ਕਿਉਂ ਚਲਾਉਣੀ ਪਈ? ਕਿ ਕੈਦੇ ਥਾਂ ਕੇ ਪੜਿਆ, ਕੈ ਦਾ ਅਰਥ ਹੈ ਕਰਤੇ ਕੀ ਮਿੱਥ, ਕਰਤੇ ਪਰਮੇਸ਼ਰ ਕੀ ਦੀ ਮਿੱਥ ਮਰਜ਼ਾਦਾ ਨੂੰ, ਕਰਤਾ ਅਕਾਲ ਪੁਰਖ ਜਾਣਦਾ, ਅਤੇ ਕੈ ਜਾਂ ਅਥਵਾ ਗੁਰੂ ਸੂਰਮਾ ਜਾਣਦਾ, ਅਤੇ ਜੇ ਲਾ ਜਾਂਗੇ ਕੇ ਉਹਦਾ ਅਰਥ ਬਣੇਗਾ ਕਰਤੇ ਪਰਮੇਸ਼ਰ ਦੀ ਮਿੱਥ ਮਰਜ਼ਾਦਾ ਨੂੰ, ਕਰਤਾ ਤਾਂ ਜਾਣਦਾ ਪਰ ਕੇ ਕੀ ਜਾਣਦਾ ਗੁਰੂ ਸੂਰਮਾ, ਭਾਵ ਕੁਝ ਵੀ ਨਹੀਂ ਜਾਣਦਾ। ਅਤੇ ਜੇ ਗੁਰੂ ਨਹੀਂ ਜਾਣਦਾ ਤਾਂ ਫਿਰ ਮਨੁੱਖ ਕਿੱਥੋਂ ਜਾਣੇਗਾ? ਇਸ ਵਾਸਤੇ ਖਾਲਸਾ ਜੀ ਬਾਣੀ ਜਿਤਨੀ ਸ਼ੁੱਧ ਪੜਾਂਗੇ ਓਨਾ ਆਨੰਦ ਆਵੇਗਾ। ਭਾਦੋ ਇਹ ਭਰਮ ਭੁਲਾਣੀਆਂ, ਅਤੇ ਜੇ ਭਾ ਦੂਏ ਪੜਾਂਗੇ ਤੇ ਦਲੈਂਕੜੇ ਲਾਉਣੇ ਪੈਣਗੇ। ਇਸ ਵਾਸਤੇ ਕੋਲੋਂ ਕੋਈ ਲਗਮਤ ਨਹੀਂ ਲਾਉਣੀ। ਸੋ ਪੜ੍ਹੋ ਪਾਠ ਹੁਣ।